ਜਿਸ ਤਰ੍ਹਾਂ ਕਿ ਤੁਸੀਂ ਸਭ ਜਾਣਦੇ ਹੋ, ਇਸ ਵੇਲੇ ਪੂਰੀ ਦੁਨੀਆ ਕਰੋਨਾ ਵਾਇਰਸ ਦੀ ਮਹਾਂਮਾਰੀ ਦੀ ਚਪੇਟ ਥੱਲੇ ਆਈ ਹੋਈ ਹੈ। ਸਾਡਾ ਦੇਸ਼ ਭਾਰਤ ਵੀ ਇਸ ਮਹਾਂਮਾਰੀ ਦੇ ਨਾਲ ਇਸ ਵੇਲੇ ਤਰਸਤ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਅਤੇ ਜੋ ਇਸ ਵੇਲੇ ਜ਼ਰੂਰਤਮੰਦ ਲੋੜ ਹੈਗੀ ਹੈ ਉਹਦਾ ਅਰੇਂਜਮੈਂਟ ਕੀਤਾ ਜਾ ਰਿਹਾ। ਡਾਕਟਰਾਂ ਦੇ ਲਈ, ਨਰਸਾਂ ਦੇ ਲਈ, ਜਿਹੜੇ ਕਿ ਸਾਡੀ ਫਰੰਟ ਲਾਈਨ 'ਤੇ ਖੜ੍ਹੇ ਨੇ, ਜਿਹੜੇ ਕਿ ਸਾਡੇ ਯੋਧੇ ਇਸ ਵੇਲੇ ਹੋਸਪਿਟਲਸ ਦੇ ਵਿੱਚ ਅਤੇ ਹੋਰ ਮੈਡੀਕਲ ਪਲੇਸਿਸ ਦੇ ਵਿੱਚ ਪੇਸ਼ੈਂਟਸ ਨੂੰ ਚੈੱਕ ਕਰ ਰਹੇ ਨੇ, ਉਹਨਾਂ ਦੀ ਸੈਲਫ ਜਿਹੜੀ ਹੈਗੀ ਹੈ ਸੇਫਟੀ ਦੇ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ PPE ਕਿੱਟਸ ਜਲੰਧਰ, ਕਪੂਰਥਲਾ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਦੇ ਸਿਵਲ ਹੋਸਪਿਟਲ ਅਤੇ ਕੁਛ ਨਿੱਜੀ ਅਤੇ ਗੈਰ ਸਰਕਾਰੀ ਹਸਪਤਾਲਾਂ ਲਈ ਵੀ ਅੱਜ ਪਟਿਆਲਾ ਹੈੱਡ ਆਫਿਸ ਤੋਂ ਆਈਆਂ ਹੈ। ਡਾਕਟਰ SP ਸਿੰਘ ਓਬਰਾਏ ਜੀ ਨੇ ਇਹ ਚੈੱਕ ਕਰਕੇ ਕਿ ਕਿੱਥੇ ਕਿੱਥੇ ਕਿੰਨੀ ਕਿੰਨੀ ਲੋੜ ਹੈ, ਉਸ ਹਿਸਾਬ ਨਾਲ PPE ਕਿੱਟਸ, ਵੈਂਟੀਲੇਟਰਸ, 3 ਲੇਅਰ ਮਾਸਕ, N95 ਮਾਸਕ ਅਤੇ ਸੈਨੀਟਾਈਜ਼ਰਸ ਦਾ ਪ੍ਰਬੰਧ ਕੀਤਾ ਹੈ। ਇਹ ਹੁਣ ਥੋੜ੍ਹੀ ਥੋੜ੍ਹੀ ਤਰੀਕੇ ਨਾਲ ਹੌਲੀ ਹੌਲੀ ਹਰ ਇੱਕ ਜਗ੍ਹਾ 'ਤੇ ਇਹ ਡਿਸਟ੍ਰੀਬਿਊਟ ਕੀਤਾ ਜਾ ਰਿਹਾ। ਧੰਨਵਾਦ।